ਬਸੇ ਕਸ਼ਮੀਰ ਸੋਹਣਾ, ਬਸੇ ਕਸ਼ਮੀਰ ਸੋਹਣਾ, ਕਸ਼ਮੀਰ ਚ ਚੱਲ ਵਸੀਏ, ਨੇੜੇ ਨੇੜੇ ਬਹਿ ਕੇ ਨੀ ਗੱਲਾਂ ਦਿਲਾਨੀਆਂ ਬਹਿ ਵਸੀਏ, ਉਹ ਨੇੜੇ ਨੇੜੇ ਬਹਿ ਕੇ ਨੀ ਗੱਲਾਂ ਦਿਲਾਨੀਆਂ ਬਹਿ ਵਸੀਏ, ਬਸੇ ਕਸ਼ਮੀਰ ਸੋਹਣਾ, ਬਸੇ ਕਸ਼ਮੀਰ ਸੋਹਣਾ, ਉਹ ਕਸ਼ਮੀਰ ਦੇ ਸੋਹਣੇ ਰਸਤੇ, ਵੇ ਅਸਾਂ ਪਰਦੇਸੀਆਂ ਸਾਡੇ ਯਾਰ ਕਸ਼ਮੀਰ ਵਸਦੇ, ਉਹ ਅਸਾਂ ਪਰਦੇਸੀਆਂ ਸਾਡੇ ਯਾਰ ਕਸ਼ਮੀਰ ਵਸਦੇ, ਜਾ ਰਿਹਾ ਜੀ ਅਤੇ ਇੱਥੇ ਜਿਹੜਾ ਸਵਾਗ ਹੈ ਪਾਰਕਿੰਗ ਹੈ ਗੱਡੀਆਂ ਨਹੀਂ ਇੱਥੇ ਗੱਡੀ ਪਾਰਕ ਕਰ ਸਕਦੇ ਹੋ ਅਤੇ ਜਿਸ ਨਾਲ ਮਤਲਬ ਕਿ ਜਿਸ ਨਾਲ ਬਿਰਿਆਨੀ ਰੱਖੀ ਵੀ ਇੱਥੋਂ ਬਿਰਿਆਨੀ ਤਿਆਰ ਏ ਪਲੇਟ ਜਿਹਨੇ ਭਾਈ ਦੇਈ ਅੰਦਰ ਸੋਂ ਆਰਾਮ ਲਾਭੇ ਖਾਈ ਸਕਦੇ ਹੋ ਤਾਂ ਕੁਝ ਪਾਰਸਲ ਤਿਆਰ ਕਰਨੇ ਮਾਸ਼ਾਅੱਲਾ ਜੀ ਆਵਾਜ਼ ਲੈਣੀ ਤਾਂ ਕੁਝ ਪੇਸ਼ ਕਰਨੀ ਆਵਾਜ਼ ਵਾਹ ਜੀ ਵਾਹ ਇੱਕ ਭਾਈ ਯਾਰ ਬਿਰਿਆਨੀ ਬਣੇ ਪਾਰਸਲ ਤਿਆਰ ਕਰਨੇ ਦੇਖੀਏ ਜਿਹੜਾ ਨਾ ਛਾਪੜਾ ਹੀ ਅੱਗੇ ਬਾਈ ਜਾਣ ਜੀ ਸਿੰਗਲ ਕਿਸੇ ਵੇ ਚਿਕਨ ਵਾਲੀ ਕਰ ਸਰ ਮੌਸਮ ਦੀ ਗੱਲ ਕੀਤੀ ਜਾਏ ਤਾਂ ਸੁਬਹਾ ਜਿਹੜਾ ਬਾਰਿਸ਼ ਲੱਗੀ ਹੋਈ ਸੀ ਹੁਣ ਥੋੜ੍ਹੀ ਧੁੱਪ ਨਿਕਲੀ ਆਈ ਅਤੇ ਹੁਣ ਜੁਲੇ ਅੰਦਰ ਬਿਰਿਆਨੀ ਖਾਣੇ ਆ ਤੁਸਾਂ ਕੀ ਜਿਹੜਾ ਨਾ ਡਰਿੰਕ ਵਗੈਰਾ ਹੀ ਲੱਭੀ ਆ ਸਰ ਬੋਤਲਾਂ ਅਤੇ ਅੰਦਰ ਬਿਣੀ ਜਗ੍ਹਾ ਵੀ ਹੈ ਆਰਾਮ ਲੱਭੀ ਸੋ ਉੱਥੇ ਖਾਈ ਸਕਦੇ ਹੋ ਜਾਂ ਪਾਰਸਲ ਖਾਣਾ ਹੋਇਆ ਤਾਂ ਪਾਰਸਲ ਵੀ ਲੱਭੀ ਅਤੇ ਉਸ ਤੋਂ ਬਾਅਦ ਰਾਇਤਾ ਸਲਾਦ ਵੀ ਨਾ ਬਣਾਇਆ ਆ ਜੀ ਵੈਸੇ ਛੱਡਦੀ ਹੈ ਬੋਤਲ ਨਹੀਂ ਚਲੇਗੀ ਇਹ ਸਾਰੀ ਆਈ ਗਈ ਜੀ ਚਿਕਨ ਬਿਰਿਆਨੀ ਬਲਕਿ ਕਰਾਚੀ ਬਿਰਿਆਨੀ ਆ ਸਕਦੇ ਹੋ ਉਸ ਤੋਂ ਬਾਅਦ ਸਲਾਦ ਅਤੇ ਰਾਇਤਾ ਵਗੈਰਾ ਰਾਇਤਾ ਬਣੇ ਹੁਣ ਅਸੀਂ ਟੇਸਟ ਕਰੀ ਬਣੇ ਆ ਕਿਆ ਕੁਛ ਨਾ ਸਵਾਦ ਹੈ ਕਿਆ ਨਾ ਕੋਈ ਟੇਸਟ ਹੈ
बड़ी मजे नहीं आई स्वाद नहीं है। ज़बरदस्त थी वो मजे नहीं थे। तो अल्हम्दुलिल्लाह वो मजे नहीं थी। कराची बिरयानी वो टेस्टी सी और थोड़ी स्पाइसी सी। तो उम्मीद करना कि आज की वीडियो वो पसंद आई सी। तो इस नाल मेरी दुआ याद रखे तो अपना भी याद रखे। एक नई वीडियो मिल सा। अल्लाह हाफिज़।